ਬਲਦੇਵ ਸਿੰਘ ਦਾ ਨਾਵਲ ਵਿਰਲਾ ਵਿੱਚੋਂ ਝਾਕ ਦੀ ਜ਼ਿੰਦਗੀ ਦਾ 18ਵੇਂ ਅੰਗ ਦਾ ਬਾਕੀ ਦਾ ਭਾਗ ਰਸਤੇ 'ਚ ਸਰਪੰਚ ਹਰਨਾਮ ਦੇ ਪਾਪ ਸਤਨਾਮ ਨੂੰ ਸਮਝਾ ਰਿਹਾ ਸੀ ਇਹ ਤਾਂ ਆਪਣਾ ਕੱਠ ਵੇਖ ਕੇ ਥਾਣੇਦਾਰ 'ਚ ਇਨਸਾਨੀਅਤ ਜਾਗ ਪਈ ਨਹੀਂ ਤਾਂ ਕਦੋਂ ਮੁੜਦਾ ਥਾਣੇ 'ਚੋਂ ਸਹੀ ਸਲਾਮਤ ਮੁੰਡਾ ਬਸ ਕਿਸੇ ਪਿਟੀ ਖਬਰ ਛਪਵਾ ਦੇਣੀ ਸੀ ਅਖਬਾਰ 'ਚ ਇੱਕ ਸਕੂਟਰ ਤੇ ਦੋ ਅਸਵਾਰ ਆ ਰਹੇ ਸੀ ਨੱਕਾ ਪਾਟੀ ਤੇ ਰੋਕਣ ਤੇ ਉਹਨਾਂ ਗੰਗਲੀ ਚਲਾਤੀ ਜਵਾਬੀ ਫਾਇਰਿੰਗ ਚੇਕਤਵਾ ਅਤਵਾ ਦੀ ਮਾਰਿਆ ਗਿਆ ਦੂਜਾ ਭੱਜਨ ਜ ਕਾਮਯਾਬ ਹੋ ਗਿਆ ਮਾਰੇ ਗਿਆ ਅਤਵਾ ਦੀ ਦੀ ਪਛਾਣ ਹਰਨਾਮ ਸਿੰਘ ਵਜੋਂ ਹੋਈ ਘਟਨਾ ਵਾਲੀ ਥਾਂ ਤੋਂ ਇੱਕ ਦੇਸੀ ਪਿਸਤੌਲ ਤੇ ਕਾਰਤੂਸ ਬਰਾਮਦ ਹੋਏ ਸਤਨਾਮ ਸਿੰਘ ਉਹਦੋਂ ਸਰਪੰਚ ਵੱਲ ਬੇਯਕੀਨੀ ਜਈ ਨਾਲ ਝਾਕਿਆ ਸੀ ਮਾਂ ਪਾਗਲਾ ਵਾਂਗ ਹਰਨਾਮ ਨੂੰ ਚਿੰਬੜੀ ਸੀ ਉਹ ਤਾਂ ਇਹਦੀ ਮੁਰੰਦੀ ਆਸ ਵੀ ਲਾ ਬੈਠੀ ਸੀ ਹੁਣ ਤਾਂ ਤੂੰ ਹੀ ਮੇਰਾ ਹਰਨਾਮ ਹੈ ਤੂੰ ਹੀ ਮੇਰਾ ਗੁਰਸ਼ਰਨ ਹੈ ਜਿਉਣ ਜੋ ਗਿਆ ਫਿਰ ਉਹਦੀਆਂ ਸੱਟਾਂ ਪਲੋਸਣ ਲੱਗੀ ਹਾਏ ਵੇ ਤੇਰੀ ਮਾਂ ਮਰ ਜਾਏ ਪੁੱਤ ਕਿਵੇਂ ਕੋਇਆ ਕਸਾਈਆਂ ਨੇ ਹਰਨਾਮ ਨੂੰ ਸਮਝ ਨਹੀਂ ਸੀ ਆ ਰਹੀ ਇਹ ਸਭ ਕਿਉਂ ਹੋਇਆ ਠੀਕ ਹੈ ਵੱਡਾ ਗੁਰਸਰਨ ਦਰਬਾਰ ਸਾਹਿਬ ਉੱਪਰ ਹਮਲੇ ਵੇਲੇ ਜਜ਼ਬਾਤੀ ਹੋ ਗਿਆ ਅਮਰਿਤਸਰ ਨੂੰ ਤੁਰ ਗਿਆ ਮਾਰਿਆ ਗਿਆ ਜਿਉਂਦਾ ਹੈ ਪਤਾ ਨਹੀਂ ਕਿੱਥੇ ਹੈ ਪਰ ਮੇਰਾ ਕੀ ਕਸੂਰ ਸੀ ਗੁਰਸਰਨ ਨੂੰ ਲੱਭ ਲਵੇ ਪੁਲਿਸ ਕਿੱਥੇ ਹੈ ਕੱਲ ਨੂੰ ਉਹ ਮੈਂ ਥੋੜੇ ਨੂੰ ਫੜ ਕੇ ਲੈ ਜਾ ਸਕਦੀ ਹਾਂ ਫੇਰ ਇਹ ਸੋਚ ਕੇ ਹਰਨਾਮ ਬੇਚੈਨ ਹੋ ਜਾਂਦਾ ਪਰੇਸ਼ਾਨ ਰਹਿਣ ਲੱਗਾ ਪੜਨ ਲੱਗਦਾ ਪਤਾ ਨਹੀਂ ਕਿਉਂ ਡਰੀ ਜਾਂਦਾ ਜਿਵੇਂ ਅਚਾਨਕ ਕੁਝ ਲੋਕ ਬਾਹਰ ਆਉਣਗੇ ਉਹਨੂੰ ਜੀਪ ਚ ਸੁੱਟ ਕੇ ਲੈ ਜਾਣਗੇ ਜ਼ਰਾ ਵੀ ਬੂਆ ਖੜਕਨ ਤੇ ਉੱਤਰਬਕ ਜਾਂਦਾ ਭੱਜ ਕੇ ਅੰਦਰ ਵੜ ਜਾਂਦਾ ਉਹ ਪੁੱਛਦਾ ਬੇਬੇ ਬੂਆ ਖੜਕਿਆ ਨਹੀਂ ਤਾਂ ਮਾਂ ਹੈਰਾਨ ਹੋ ਜਾਂਦੀ ਫਿਕਰਾਂ ਚ ਪੈ ਜਾਂਦੀ ਕੀ ਹੋ ਗਿਆ ਮੇਰੇ ਪੁੱਤ ਨੂੰ ਅਰਦਾਸ ਕਰਨ ਲੱਗਦੀ ਹੇ ਵਾਹਿਗੁਰੂ ਤੱਤੀ ਬਾ ਨਾ ਲੱਗੇ ਮੇਰੇ ਪੁੱਤ ਨੂੰ ਹਰਨਾਮ ਪੁੱਛਦਾ ਬੇਬੀ ਪੁਲਿਸ ਫੇਰ ਤਾਂ ਨਾ ਆਉ ਕਿਉਂ ਆਉਗੀ ਪੁੱਤ ਪਤਾ ਨਹੀਂ ਬੇਬੇ ਪੁਲਿਸ ਤੋਂ ਬਹੁਤ ਡਰ ਲੱਗਦਾ ਹਰ ਨਾਮ ਰੋਣ ਲੱਗ ਜਾਂਦਾ ਸਕੂਲ 'ਚ ਵੀ ਡਰਿਆ ਡਰਿਆ ਰਹਿੰਦਾ ਪਿੰਡ 'ਚ ਜਿੱਥੇ ਵੀ ਚਾਰ ਆਦਮੀ ਜੁੜਦੇ ਸਤਨਾਮ ਸਿੰਘ ਦੇ ਘਰ ਦੀਆਂ ਗੱਲਾਂ ਤੁਰਦੀਆਂ ਬਈ ਧੰਨ ਐ ਸਤਨਾਮ ਸਿੰਘ ਸੇ ਹੁੰਦਾ ਜੇਰਾ ਵੱਡਾ ਗੁਰਸ਼ਰਨ ਦਾ ਲੱਗਦਾ ਮਾਰ ਹੀ ਆ ਗਿਆ ਹੋ ਭੇਤ ਹੀ ਬਣ ਗਿਆ ਸਤਨਾਮ ਤਾਂ ਅਜੇ ਵੀ ਤੇਰਾ ਪਾਣਾ ਮਿੱਠਾ ਲੱਗਈ ਆਖਦਾ ਕਮਲਿਆ ਖਾਲੀ ਹੱਥੀਂ ਕਦੇ ਬਧੀਆਂ ਛੁੱਟੀਆਂ ਨਹੀਂ ਤੁਰ ਪਿਆ ਸੀ ਦਰਬਾਰ ਸਾਹਿਬ ਵੱਲ ਫਤ ਜਾ ਉਹਨਾਂ ਦੀਆਂ ਪੁਲਿਸ ਉਹਨਾਂ ਦੀ ਕਾਨੂੰਨ ਉਹਨਾਂ ਦੇ ਕਚਹਿਰੀਆਂ ਉਹਨਾਂ ਦੀਆਂ ਆਪਣੇ ਕੋਲ ਕੀ ਹੈ ਦੇਖ ਲਓ ਕੁਦਰਤ ਦੇ ਰੰਗ ਗੁਰਚਰਨ ਵਿਚਾਰੇ ਦਾ ਤਾਂ ਭੋਗ ਵੀ ਨਹੀਂ ਪਾ ਸਕਦੇ ਸੋਚਦੇ ਐ ਪਤਾ ਨਹੀਂ ਕਦੋਂ ਆ ਜੇ ਸੁਣਿਆ ਛੋਟੇ ਹਰਨਾਮ ਨੂੰ ਫੇਰ ਫੜ ਕੇ ਲੈ ਗਏ ਪਤਾ ਹੀ ਨਹੀਂ ਲੱਗਿਆ ਪਤਾ ਕੀ ਲੱਗਣਾ ਸੀ ਪੈਰ ਦੇ ਤੜਕੇ ਪੁਲਸੀਆਂ ਦੀ ਧਾੜ ਆਈ ਲੈ ਗਏ ਫੜ ਕੇ ਲੈ ਹੁਣ ਨਹੀਂ ਛੱਡਦੇ ਮੁਕਾਬਲਾ ਬਣਾਉਣਗੇ ਦੇਖ ਲਿਓ ਦੇਖਣਾ ਕੀ ਹੈ ਜੇ ਛੱਡ ਵੀ ਦਿੱਤਾ ਪੱਕਾ ਆਤਵਾਦੀ ਬਣੋ ਪੜਾਈ ਵੀ ਗਈ ਵਿਚਾਰੇ ਦੀ ਮੇਰੇ ਯਾਰ ਜਦੋਂ ਕੋਈ ਝੂਠਾ ਸੱਚਾ ਮੁਕਲਸ ਮੁਕਾਬਲਾ ਬਣਦਾ ਹੈ ਲਾਲੇ ਬੁੜੀਆਂ ਚੰਬੜਾ ਮਾਰਦੇ ਆਪਣਾ ਕਾਮਰੇਡ ਵੀ ਸੋਧਣ ਵਾਲਾ ਇਹ ਵੀ ਖੜਕੂਆਂ ਤੇ ਉੱਠਾ ਤਵਾਈ ਲਾਈ ਰੱਖਦਾ ਹੁੰਦਾ ਆਹੋ ਆਖਦਾ ਹੁੰਦਾ ਨਵ ਮਾਸ ਦਾ ਰਿਸ਼ਤਾ ਨਹੀਂ ਟੁੱਟਣ ਦੇਣਾ ਆਪਾਂ ਕੰਜੂਰ ਜੀ ਆਪਣੀ ਆਈ ਤੇ ਆ ਜੀਏ ਅਸੀਂ ਤਾਂ ਪਾਣੀ ਦੀ ਕੰਧ ਖੜੀ ਕਰ ਦਈਏ ਕਾਮਰੇਡ ਕੌਣ ਸੇ ਬਾਗ ਦੀਆਂ ਮੂਲੀਆਂ ਨੇ ਇਹ ਗੱਲਾਂ ਕਾਮਰੇਡ ਰਾਮ ਪ੍ਰਤਾਪ ਕੋਲ ਵੀ ਪੁੱਜ ਜਾਂਦੀਆਂ ਉਹ ਹਰਖ ਦਾ ਇਹ ਸਾਰੇ ਸਰਕਾਰੀ ਦਾ ਪੇਚ ਨੇ ਮੇਰੀ ਸਰਕਾਰ ਤੁਹਾਨੂੰ ਜੱਟਾਂ ਨੂੰ ਅਕਲ ਕਦੋਂ ਆਊ ਨਾ ਸਾਡਾ ਤੁਹਾਡੇ ਬਿਨਾ ਸਰੇ ਨਾ ਤੁਹਾਡਾ ਸਾਡੇ ਬਿਨਾ ਸਰੇ ਆਪਣੀ ਆਹੀ ਲੋੜ ਚੁਪਦੀ ਆ ਹਾਕਮਾਂ ਨੂੰ ਵਿਚਾਰਨ ਦੀ ਗੱਲ ਹੈ ਕਿੱਧਰ ਗਈਆਂ ਪਾਣੀਆਂ ਦੀਆਂ ਗੱਲਾਂ ਕਿੱਧਰ ਗਈਆਂ 24 ਘੰਟੇ ਬਿਜਲੀ ਦੇਣ ਦੀਆਂ ਗੱਲਾਂ ਕਿੱਧਰ ਗਈਆਂ ਵਧ ਅਧਿਕਾਰਾਂ ਦੀਆਂ ਗੱਲਾਂ ਇਹਨਾਂ ਨੇ ਝਗੜਾ ਬਣਾ ਦਿੱਤਾ ਫਿਰਕਿਆਂ ਦਾ ਇਹ ਵਿਚਾਰਨ ਦੀ ਗੱਲ ਹੈ ਮੇਰੀ ਸਰਕਾਰ ਰਾਮ ਪ੍ਰਤਾਪ ਤੂੰ ਆਪਣੀ ਕਾਮਰੇਟੀ ਨੂੰ ਝੋਲੇ ਚ ਹੀ ਪਾਈ ਰੱਖ ਜੇ ਲੋਈਆਂ ਵਾਲੇ ਆ ਗਏ ਨਾ ਤੇਰਾ ਪਿਛਲੇ ਅੰਦਰ ਲੁਕੇ ਦਾ ਵੀ ਮੂਤ ਨਿਕਲ ਜੂ ਚੁੱਪ ਕਰਕੇ ਆਪਣੀ ਦਿਨ ਕੱਟੀ ਕਰੀ ਜਾ ਤੇ ਲੂਣ ਮਿਰਚਾਂ ਵੇਚੀ ਜਾ ਜੇ ਵੇਚੀਆਂ ਜਾਂਦੀਆਂ ਤਾਂ ਕੋਈ ਰਾਮ ਪ੍ਰਤਾਪ ਨੂੰ ਝਰਕਾਉਂਦਾ ਪੱਕਾ ਕਾਮਰੇਡ ਸੀ ਰਾਮ ਪ੍ਰਤਾਪ ਲਾਲ ਝੰਡਾ ਪਾਰਟੀ ਦਾ ਹਮੈਤੀ ਸੀ ਹਰ ਰੋਜ਼ ਅਖਬਾਰ ਪੜ੍ਹਦਾ ਹੋਣ ਕਰਕੇ ਦੇਸ਼ ਦੀ ਸਿਆਸੀ ਹਾਲਤ ਨੂੰ ਤੇ ਸਿਆਸਤ ਦੀਆਂ ਕੁੱਟਲ ਨੀਤੀਆਂ ਨੂੰ ਵੋਟ ਕੀਤੀਆਂ ਨੂੰ ਪਿੰਡੂ ਲੋਕਾਂ ਨਾਲੋਂ ਜ਼ਿਆਦਾ ਸਮਝਦਾ ਸੀ ਮਾਰਕਸਵਾਦ ਜਾਂ ਕਮਿਊਨਿਜ਼ਮ ਕੀ ਹੈ ਇਸ ਵਾਰੀ ਬਹੁਤੀ ਸੂਝ ਤਾਂ ਨਹੀਂ ਸੀ ਪਰ ਤਉੱਸ ਵੀ ਬੜਾ ਸੀ ਛੇਤੀ ਕੀਤੀ ਆਪਣੀ ਹਾਰ ਨਹੀਂ ਸੀ ਮੰਨਦਾ ਇੰਨੀ ਐ ਨਿਵੇਂ ਡਰਦਾ ਸੱਚ ਕਹੂੰ ਭਾਵੇਂ ਘਰ ਆ ਕੇ ਗੋਲੀ ਮਾਰ ਦੇਣ ਮਰਦਾ ਤਾਂ ਇੱਕ ਵਾਰ ਹੀ ਹੈ ਨਾ ਬੰਦਾ ਪਹਿਲਾਂ ਤੁਸੀਂ ਐਂ ਦੱਸੋ ਜਿਹੜੇ ਘਰ ਬਾਰੇ ਤੁਸੀਂ ਹਰ ਰੋਜ਼ ਗੱਲਾਂ ਕਰਦੇ ਹੋ ਚਲੋ ਮੰਨ ਲਿਆ ਗੁਰਸਰਨ ਦਾ ਕੋਈ ਕਸੂਰ ਹੋਊ ਕਰਫਿਊ ਲੱਗੇ ਚ ਕਿਉਂ ਤੁਰਿਆ ਅੰਮਰਸਰ ਵੱਲ ਚਲੋ ਉਹਨੇ ਭੁਗਤ ਲਿਆ ਕਹਾਣੀ ਖਤਮ ਆ ਛੋਟੇ ਹਰਨਾਮ ਦਾ ਕੀ ਕਸੂਰ ਸੀ ਕਾਲਜ ਚ ਪੜਦੇ ਦਾ ਵਿਚਾਰਨ ਦੀ ਗੱਲ ਹੈ ਉਹਨੂੰ ਪੁਲਿਸ ਫੇਰ ਲੈ ਗਈ ਫੜ ਕੇ ਹੁਣ ਪੁਲਿਸ ਦੀ ਕੁੱਟ ਖਾਂਦਾ ਖਾਂਦਾ ਬਣ ਜਾਣੇ ਨਾ ਉਹਨੇ ਅੱਤਵਾਦੀ ਕਿੰਨੇ ਮੁੰਡੇ ਐ ਬਣੇ ਹੋਣਗੇ ਸਾਰੇ ਟੱਬਰ ਨੂੰ ਫਾਹੇ ਟੰਗਿਆ ਪੁਲਿਸ ਨੇ ਜੇ ਕਣਕ ਚ ਕੋਈ ਕਾਂਗਿਆਰੀ ਹੈ ਮੇਰੀ ਸਰਕਾਰ ਪੂਰੇ ਖੇਤ ਨੂੰ ਤਾਂ ਕੀ ਪੁੱਟ ਕੇ ਸੁੱਟਦੇ ਆਪਾਂ ਜੇ ਮੈਂ ਪਿੰਡ 'ਚ ਬੈਠਾ ਤਾਂ ਠੀਕ ਬੈਠਾ ਪਰ ਦੁੱਖ ਦੀ ਰਗ ਤੇ ਕੋਈ ਤਾਂ ਉਂਗਲ ਰੱਖਣ ਦੀ ਜੁਰਤ ਕਰੂਗਾ ਹਰਨਾਮ ਮੇਰੇ ਹੱਥਾਂ 'ਚ ਪਲਿਆ ਸੀ ਨਿਰੀ ਗਊ ਹੁਣ ਪੁਲਿਸ ਦੀ ਕੁੱਟ ਨਹੀਂ ਉਹਨੂੰ ਜੰਪ ਘੋੜਾ ਬਣਾ ਦੇਣਾ ਜਾਂ ਖੜਕੂ ਨਹੀਂ ਤਾਂ ਫਿਰ ਕਿਸੇ ਨਹਿਰ ਦੇ ਪੁਲ ਤੇ ਪੁਲਿਸ ਮੁਕਾਬਲੇ 'ਚ ਮਾਰ ਦੇਣਗੇ ਕਰੂ ਕੀ ਬੰਦਾ ਮਰਦੇ ਨੂੰ ਅੱਕ ਤਾਂ ਚੱਬਣਾ ਪੈਂਦਾ ਹੈ ਫਿਰ ਵਿਚਾਰਨ ਦੀ ਗੱਲ ਹੈ ਮੇਰੀ ਸਰਕਾਰ ਸਰਕਾਰੀ ਅੱਤਵਾਦੀ ਵੀ ਘੁੰਮਦੇ ਆ ਇੱਥੇ ਬੰਗਾਲ ਚ ਨਕਸਲੀਆਂ ਨੂੰ ਬਦਨਾਮ ਨਹੀਂ ਕੀਤਾ ਰੋਟਾਂ ਖੋਆਂ ਕਰਨ ਵਾਲੇ ਸਰਕਾਰੀ ਬੰਦੇ ਨਹੀਂ ਫੜੇ ਗਏ ਅਗਵਾ ਕੀਤੇ ਬੰਦਿਆਂ ਨੂੰ ਛਡਾਉਣ ਲਈ ਲੈਣ ਦੇਣ ਪੁਲਿਸ ਨਹੀਂ ਕਰਵਾਉਂਦੀ ਤੁਹਾਨੂੰ ਪਤਾ ਕਿਵੇਂ ਲੱਗੂ ਤੁਸੀਂ ਤਾਂ ਬੜਦਾ ਵਾਂਗੂ ਅੱਖਾਂ ਦੇ ਖੋਪੇ ਬੰਨੀ ਖੂ ਗੇੜਨ ਵਾਲੇ ਆਂ ਰਾਮ ਪ੍ਰਤਾਪ ਦੀਆਂ ਤਿੱਖੀਆਂ ਚੋਬਾਂ ਤੋਂ ਹੇਠੀ ਮੰਨਦਾ ਕੋਈ ਬੋਲਦਾ ਸਾਨੂੰ ਪਤਾ ਲੱਗੇ ਨਾ ਲੱਗੇ ਤੈਨੂੰ ਜੇਤੀ ਪਤਾ ਲੱਗ ਜਾ ਜੇ ਉਹ ਨਾ ਏ ਤਾਂ ਉਹ ਆ ਜਾਣਗੇ ਇਹ ਵੀ ਵਿਚਾਰਨ ਦੀ ਗੱਲ ਹੈ ਮੇਰੀ ਸਰਕਾਰ ਇਸ ਗੱਲ ਦੀ ਰਮਜ਼ ਤੇ ਲੋਕ ਤਾੜੀਆਂ ਮਾਰਦੇ ਪਰ ਰਾਮ ਪ੍ਰਤਾਪ ਕਿੱਥੇ ਹਾਰ ਮੰਨਣ ਵਾਲਾ ਸੀ ਕਹਿੰਦਾ ਪੰਜਾਬ ਦਾ ਬੇੜਾ ਕਰਕ ਵੀ ਤਾਂ ਤਾਂ ਹੀ ਹੋਇਆ ਜਦੋਂ ਤੱਕ ਤੁਹਾਡੇ ਵਰਗੇ ਦੋ ਮੂੰਹੀ ਲੋਕ ਨੇ ਇਹ ਮਸਲਾ ਹੱਲ ਨਹੀਂ ਹੋਣਾ ਮੈਂ ਨਹੀਂ ਡਰਦਾ ਕਿਸੇ ਤੋਂ ਤਿੰਨ ਪੀੜੀਆਂ ਪਿੰਡ 'ਚ ਹੀ ਕੱਟੀਆਂ ਪਿੰਡ ਨਹੀਂ ਛੱਡ ਕੇ ਭੱਜਦਾ ਇੱਥੇ ਖਾਂਦਾ ਪੀਂਦਾ ਮਰੂੰ ਤੁਹਾਡੇ ਸਿਰ ਚੜ੍ਹ ਕੇ ਪਿੰਡ ਦੇ ਅੱਧੇ ਲੋਕ ਰਾਮ ਪ੍ਰਤਾਪ ਨੂੰ ਮੂਰਖ ਲਾਲਾ ਸਮਝਦੇ ਉਹ ਹੈਰਾਨ ਸੀ ਇਹ ਬਚਿਆ ਕਿਵੇਂ ਆਉਂਦਾ ਨਾ ਸਰਕਾਰ ਨੂੰ ਮਾਫ ਕਰਦਾ ਸੀ ਨਾ ਅਤਵਾਦੀਆਂ ਨੂੰ ਇਸ ਅੰਨੀ ਕਾਲੀ ਬੋਲੀ ਨੇਰੀ ਚ ਕਹਿੰਦੇ ਕਹੋਂਦੇ ਦਰਖਤ ਪੱਟੇ ਗਏ ਸੀ ਸੋਚੀ ਪਿਆਸਤੀ ਅੜ ਗਿਆ ਜਦੋਂ ਹਰਨਾਮ ਵੀ ਪੁਲਿਸ ਨੇ ਖਪਾਤਾ ਤਾਂ ਸਤ ਨਾਮ ਨੂੰ ਫਿਕਰ ਪਿਆ ਉਹ ਜਗਦੇਵ ਦਸਵੀਂ ਦਾ ਇਮਤਿਹਾਨ ਦੇ ਕੇ ਹਟਿਆ ਸੀ ਉਹਨਾਂ ਨੇ ਮੁੰਡਾ ਬਚਾਉਣ ਲਈ ਆਪਣੇ ਇੱਕ ਰਿਸ਼ਤੇਦਾਰ ਕੋਲ ਯੂਪੀ ਭੇਜਤਾ ਤੇ ਉਧਰ ਹੀ ਕਿਸੇ ਕਾਲਜ ਚ ਪੜਨ ਲੱਗ ਪਿਆ ਮੈਂ ਤਾਂ ਇੱਧਰ ਕਦੇ ਵੱਡੀ ਭੈਣ ਦੇ ਸਹੁਰਿਆਂ ਵਾਲੇ ਚ ਮੇਲੇ ਚ ਫਸਿਆ ਰਿਆ ਕਦੇ ਬਾਪੂ ਦੀ ਹਾਲਤ ਬਾਰੇ ਝੂੜਦਾ ਰਿਆ ਕਾਲਜ ਦੀ ਪੜ੍ਹਾਈ ਵੀ ਵਿੱਚ ਹੀ ਛੱਡਣੀ ਪਈ ਜਗਦੀਪਤਾ ਯੂਪੀ ਚੋ ਬੀਏ ਕਰਕੇ ਜੰਮੂ ਚ ਬੀਐਡ ਕਰਨ ਜਾਣ ਲੱਗਾ ਮੈਂ ਤੇ ਕੋਰਾ ਰਹਿ ਗਏ ਉਦੋਂ ਇੱਕ ਮੋਟਰਸਾਈਕਲ ਵਾਲਾ ਸਤੀ ਦੇ ਕੋਰੇ ਕੋਲੋਂ ਦੀ ਖਹਿ ਕੇ ਲੰਘਿਆ ਦੋਵੇਂ ਤਰਬਕ ਪਗਾਈ ਦੋਵੇਂ ਤਰਬਕ ਗਏ ਕੋਰੇ ਨੇ ਤਾਂ ਗਾਲ ਵੀ ਕੱਢੀ ਮੋਟਰਸਾਈਕਲ ਵਾਲੇ ਦੇ ਪਿੱਛੇ ਇੱਕ ਤੀਵੀਂ ਬੈਠੀ ਸੀ ਅਜੇ ਇੰਨਾ ਸੰਘਣਾ ਹਨੇਰਾ ਨਹੀਂ ਸੀ ਹੋਇਆ ਕੋਰੇ ਨੇ ਕਿਹਾ ਸਤੀ ਕੁਛ ਦੇਖਿਆ ਹੈ ਕੀ ਸਤੀ ਉੱਪਰ ਅਜ ਵੀ ਸ਼ਹਿਰ ਵਾਲੀ ਹੁਸਨਪ੍ਰੀਤ ਦੀ ਘਟਨਾ ਹਾਵੀ ਸੀ ਮੋਟਰਸਾਈਕਲ ਤੇ ਬੈਠੀ ਜੋੜੀ ਨਹੀਂ ਵੇਖੀ ਬੈਠੇ ਤਾਂ ਸੀ ਖਿਆਲ ਨਹੀਂ ਕੀਤਾ ਕੌਣ ਸੀਗੇ ਉਹ ਮੋਟਰਸਾਈਕਲ ਚ ਲਾਉਂਦਾ ਸੀ ਜਵਾਲੇ ਕਾ ਸਿਰੀ ਭਈਆ ਤੇ ਪਿੱਛੇ ਬੈਠੀ ਸੀ ਜੈਲੇ ਦੀ ਘਰ ਵਾਲੀ ਇਹਨੂੰ ਕਹਿੰਦੇ ਆ ਐਸ਼ ਤੇਰੇ ਆਂਗੂ ਨਹੀਂ ਜਮੀਰ ਮਰ ਗਈ ਤਾਂ ਕਹਾਣੀ ਖਤਮ ਸ਼ਰਾਬੀ ਕੋਰੇ ਨੇ ਸਾੰਗ ਲਾਈ ਜੈਲਾ ਤਾਂ ਜੀਲ ਚ ਐ ਸੱਤੀ ਬੋਲੀਆ ਫਿਰਦੇ ਆ ਨਾ ਮੋਜਾਂ ਕਰਦੇ ਪੂਰੀ ਕਹਾਣੀ ਤੈਨੂੰ ਕਦੇ ਫੇਰ ਸੁਣਾਉਂ ਇਹ ਆਏ ਕਿੱਥੋਂ ਆਏ ਇਸ ਵੇਲੇ ਖੇਤੋਂ ਆਏ ਹੋਣਗੇ ਜਾਂ ਸ਼ਹਿਰੋਂ ਢੇੜਾ ਕੱਢ ਕੇ ਲਿਆਇਆ ਹੋਊ ਭਈਆ ਜਵਾਲਾ ਰੋਕਦਾ ਨਹੀਂ ਹੂੰ ਤਾਂ ਸਾਲਾ ਮੁੱਛ ਤੋਂ ਹੱਥ ਨਹੀਂ ਝੁਕਦਾ ਹੁੰਦਾ ਕੋਰਾ ਬੋਲਿਆ ਹੁਣ ਤਾਂ ਹੱਥ ਵੀ ਮੁੱਛ ਤੋਂ ਝੁਕਿਆ ਹੋਇਆ ਹੈ ਤੇ ਅੱਖੀਂ ਵੇਖ ਕੇ ਮੱਖੀ ਵੀ ਖਾਣੀ ਪੈਂਦੀ ਹੈ ਗੱਲਾਂ ਚ ਰੁੱਝੇ ਹੀ ਉਹ ਮਾਸਟਰ ਜਗਦੇਵ ਦੇ ਘਰ ਅੱਗੇ ਜਾ ਖੜੇ ਅੰਦਰੋਂ ਕੁਝ ਲੋਕਾਂ ਦੇ ਗੱਲਾਂ ਕਰਨ ਦੀਆਂ ਆਵਾਜ਼ਾਂ ਆ ਰਹੀਆਂ ਸੀ ਅੰਗ 19 ਸੱਤੀ ਨਿੰਬੂ ਖੜਕਾਇਆ ਮਾਸਟਰ ਜਗਦੇਵ ਬਾਹਰੋਂਦਾ ਹੀ ਸਤੀ ਉਹਨਾਂ ਨੂੰ ਵੇਖ ਕੇ ਲੰਬਾ ਦੇਣ ਵਾਂਗ ਬੋਲਿਆ ਬਾਹਰ ਕਿਉਂ ਖੜੇ ਆ ਥੋੜਾ ਘਰ ਹੈ ਆਜੋ ਤੇ ਦੋਵੇਂ ਜਗਦੇਵ ਦੇ ਨਾਲ ਹੀ ਅੰਦਰ ਚਲੇ ਗਏ ਘਰ ਦੀ ਬੈਠਕ ਚ ਦਾਖਲ ਹੁੰਦੇ ਆ ਸਤੀ ਹੈਰਾਨ ਰਹਿ ਗਿਆ ਉਹਦੇ ਕਾਲਜ ਦੇ ਦੋਸਤ ਹਰਮਨ ਤੇ ਭਗਵਾਨ ਸਿੰਘ ਬੈਠੇ ਸੀ ਦੋ ਹੋਰ ਵੀ ਸੀ ਜਿਨ੍ਹਾਂ ਨੂੰ ਸਤੀ ਜਾਣਦਾ ਨਹੀਂ ਸੀ ਮੇਜ਼ ਤੇ ਪਈ ਬੋਤਲ ਵੇਖ ਕੇ ਉਹ ਸਮਝ ਗਿਆ ਸ਼ਰਾਬ ਦਾ ਦੌਰ ਚੱਲ ਰਿਹਾ ਹੈ ਸਾਰੇ ਇੱਕ ਦੂਜੇ ਨੂੰ ਉੱਠ ਕੇ ਮਿਲੇ ਉਪਰਿਆਂ ਨਾਲ ਜਾਣ ਪਛਾਣ ਹੋਈ ਕਾਲਜ ਵੇਲੇ ਇਹਨਾਂ ਦੋਸਤਾਂ ਨੇ ਯੂਨੀਵਰਸਿਟੀ 'ਚ ਪੜ੍ਹਨ ਦੇ ਸੁਪਨੇ ਲਏ ਸੀ ਸੱਤੀ ਅੱਗੇ ਘਰ ਦੀ ਤੰਗੀ ਆੜੇ ਆ ਗਈ ਉਹਦੀ ਲਿਆਕਤ ਤੇ ਸੋਝ ਬੂਝ ਤੋਂ ਸਾਰੇ ਕਾਇਲ ਸੀ ਪ੍ਰੋਫੈਸਰਾਂ ਤੱਕ ਉਹਦੀ ਕਦਰ ਕਰਦੇ ਸੀ ਪਰ ਮਾਇਕ ਪੱਖੋਂ ਬਾਹਰ ਫੜਨ ਲਈ ਕੋਈ ਤਿਆਰ ਨਹੀਂ ਸੀ ਇਹਨਾਂ ਵਰਿਆਂ 'ਚ ਸੱਤੀ ਜਿੰਨਾ ਟੁੱਟਿਆ ਸੀ ਉਹਦੇ ਦੋਸਤ ਬਦਲਦੇ ਸਮੇਂ ਨਾਲ ਉਨਾਂ ਹੀ ਉੱਪਰ ਉੱਠਦੇ ਗਏ ਸੀ ਗੱਲਾਂ ਜੀ ਪਤਾ ਲੱਗਿਆ ਹਰਮੋਨਿਕ ਪ੍ਰਾਈਵੇਟ ਕਾਲਜ 'ਚ ਐਡ-ਹੌਕ ਪ੍ਰੋਫੈਸਰ ਲੱਗਿਆ ਹੋਇਆ ਸੀ ਭਗਵਾਨ ਸਿੰਘ ਇੱਕ ਹਾਇਲਟ ਸੰਸਥਾ ਤੋਂ ਸਪੋਕਨ ਇੰਗਲਿਸ਼ ਦੀ ਮੁਹਾਰਤ ਕਰਵਾਉਂਦਾ ਸੀ ਤੇ ਹੁਣ ਉਹ ਆਪਣਾ ਹਾਇਲਟ ਸੈਂਟਰ ਖੋਲਣ ਵਾਲਾ ਸੀ ਦੂਜੇ ਦੋਵੇਂ ਸਾਥੀ ਸਿਆਸੀ ਕਾਰਕੁਨ ਸੰਨ ਤੇ ਸਾਰੇ ਰਲ ਕੇ ਮੌਜੂਦਾ ਵਿਵਸਥਾ ਨੂੰ ਬਦਲਣ ਲਈ ਲੋਕਾਂ ਨੂੰ ਜਾਗਰੂਕ ਕਰਨ ਲੱਗੇ ਫਿਰ ਸੱਤੀ ਹੋਰਾਂ ਦੇ ਪਹੁੰਚਣ ਤੋਂ ਪਹਿਲਾਂ ਦੇਸ਼ ਦੀ ਵਰਤਮਾਨ ਸਥਿਤੀ ਉੱਪਰ ਬਹਿਸ ਹੋ ਰਹੀ ਸੀ ਸੱਤੀ ਨੂੰ ਮੀਟਿੰਗ 'ਚ ਸ਼ਾਮਲ ਕਰਦੇ ਅੰਜਗਦੇਵ ਬੋਲੇ ਆ ਸਤਵੰਤ ਤੂੰ ਬਹੁਤ ਕੁਝ ਮਿਸ ਕੀਤਾ ਅੱਜ ਰੈਲੀ ਚ ਹੋਏ ਪਾਸੰਤੇਰੇ ਸੁਣਨ ਵਾਲੇ ਸਨ ਲੋਕਾਂ ਚ ਜੋਸ਼ ਵੀ ਬੜਾ ਸੀ ਇਸ਼ਾਰੇ ਦੀ ਲੋੜ ਸੀ ਲੋਕ ਤਾਂ ਸਭ ਟੋਏ ਟਿੱਬੇ ਪਧਰੇ ਕਰਨ ਲਈ ਤਿਆਰ ਬੈਠੇ ਸੀ ਦੇਖੀ ਜਾਈ ਆਉਣ ਵਾਲੇ ਸਮੇਂ ਚ ਨਾ ਜਾਤ ਰਹਿਣੀ ਐ ਨਾ ਜਮਾਤ ਰਹਿਣੀ ਐ ਪਤਾ ਨਹੀਂ ਮਾਸਟਰ ਜੀ ਅਜੇ ਤਾਂ ਸਮਾਜਵਾਦੀ ਚਿੜੀਆਂ ਦਾ ਦੁੱਧ ਬਣਿਆ ਪਿਆ 35 40 ਸਾਲ ਤਾਂ ਆਪਾਂ ਨੂੰ ਹੋਵੇ ਸੁਣਦੇ ਹਾਂ ਸਾਡੇ ਕਾਮਰੇਡ ਤਾਂ ਰਾਤ ਨੂੰ ਬੁਹੇ ਵੀ ਖੁੱਲੇ ਰੱਖ ਕੇ ਸੌਂਦੇ ਰਹੇ ਆ ਵੀ ਦਰਵਾਜ਼ੇ ਬੰਦ ਵੇਖ ਕੇ ਕਿਤੇ ਇਨਕਲਾਬ ਨਾ ਮੁੜ ਜੇ ਮੈਂ ਗਲਤ ਤਾਂ ਨਹੀਂ ਆਖ ਰਿਹਾ ਸੱਤੀ ਭਾਵੇਂ ਨਸ਼ੇ 'ਚ ਸੀ ਫੇਰ ਵੀ ਪੂਰਾ ਸੁਚੇਤ ਸੀ ਸਤਵੰਤ ਹਰਮਨ ਬੋਲਿਆ ਤੇਰੀਆਂ ਗੱਲਾਂ ਗਲਤ ਨਹੀਂ ਐ ਤੈਨੂੰ ਇੰਨਾ ਤਾਂ ਪਤਾ ਨਾ ਹਕੂਮਤੀ ਧਿਰ ਹਰ ਹਿਲਾਵਰਤਦੀ ਐ ਉਹਨਾਂ ਕੋਲ ਸ਼ਾਸਤਰਾ ਦੀ ਸ਼ਕਤੀ ਵੀ ਐ ਧੰਨ ਦੀ ਸ਼ਕਤੀ ਵੀ ਐ ਹੁਣ ਤਾਂ ਉਹ ਸ਼ਾਸਤਰਾ ਨੂੰ ਅੱਗੇ ਰੱਖਣ ਲੱਗ ਪਏ ਲੋਕਾਂ ਨੂੰ ਬੇਵਕੂਫ ਬਣਾਉਣ ਦੇ ਬੜੇ ਢੰਗ ਨੇ ਇਹਨਾਂ ਲੋਕਾਂ ਕੋਲ ਕੋਈ ਸਾਧ ਵਪਾਰੀ ਬਣਿਆ ਫਿਰਦਾ ਐ ਕੋਈ ਸਾਧ ਮੁਖ ਮੰਤਰੀ ਬਣਿਆ ਫਿਰਦਾ ਹੈ ਕੋਈ ਸਾਧ ਫਿਲਮਾਂ ਬੜਾਈ ਜਾਂਦਾ ਹੈ ਮੰਦਰਾਂ ਡੇਰਿਆਂ 'ਚ ਬਲਾਤਕਾਰ ਹੋਈ ਜਾਂਦੇ ਹੈ ਗ੍ਰੰਥਾਂ ਦੀ ਬੇਅਦਬੀ ਕਰੀ ਜਾਂਦੇ ਹੈ ਕੋਈ ਗੀਤਾ ਦੇ ਪੱਤਰੇ ਪਾੜ ਦਿੰਦਾ ਹੈ ਕੋਈ ਕੁਰਾਨ ਦੇ ਪੱਤਰੇ ਪਾੜ ਦਿੰਦਾ ਹੈ ਗੋਲਕਾਂ 'ਚੋਂ ਧਨ ਚੋਰੀ ਹੋਈ ਜਾਂਦਾ ਹੈ ਦੇਵੀ-ਦੇਵਤਿਆਂ ਦੀ ਮੂਕਟ ਚੋਰੀ ਹੋਈ ਜਾਂਦੇ ਹੈ ਇਹ ਤਾਂ ਹੈ ਸਾਡੇ ਦੇਸ਼ ਦੀ ਅਸਲ ਤਸਵੀਰ ਤੇ ਹੁਣ ਤੁਸੀਂ ਇਹ ਗੰਦ ਸਾਫ਼ ਕਰਨ ਲੱਗੇ ਹੋਏ ਹੋ ਸਤੀ ਨਿਵੰਗ ਨਾਲ ਪੁੱਛਿਆ ਕੀ ਕਰੀਏ ਤੂੰ ਤਾਂ ਘਰੇ ਬੈਠ ਕੇ ਡਰ ਕੇ ਕਿਸੇ ਨੇ ਤਾਂ ਬੀੜਾ ਚੁੱਕਣਾ ਹੀ ਸੀ ਇਸ ਵਰ ਭਗਵੰਤ ਬੋਲਿਆ ਕਿੰਨੇ ਕੁ ਆਪਾਂ ਸਟੇਟ ਨਾਲ ਨਾ ਹਥਿਆਰ ਬੰਦ ਲੜਾਈ ਸਫਲ ਹੁੰਦੀ ਹੈ ਨਾ ਵਿਚਾਰਾਂ ਨਾਲ ਟੋਕਿਆ ਹਰਮੰਨੇ ਸਤਵੰਤ ਭਗਤ ਸਿੰਘ ਤੇ ਉਹਦੇ ਸਾਥੀ ਕਿੰਨੇ ਸੀ ਗਿਣਤੀ 'ਚ 30 40 ਹੱਦ 50 60 ਫਿਰ ਉਹਨਾਂ ਨੂੰ ਦੋ ਥਾਈਂ ਲੜਨਾ ਪੈਂਦਾ ਸੀ ਅੰਗਰੇਜ਼ੀ ਹਕੂਮਤ ਨਾਲ ਵੀ ਤੇ ਦੇਸੀ ਹਾਕਮਾਂ ਨਾਲ ਵੀ ਉਹਨਾਂ ਨੇ ਸਾਰਾ ਹਿੰਦੁਸਤਾਨ ਹਿਲਾ ਕੇ ਰੱਖਤਾ ਸੀ ਅਸਲ ਗੱਲ ਹੈ ਲੋਕ ਤੁਹਾਡੇ ਮਗਰੋਂ ਤੁਹਾਡੇ 'ਚ ਭਰੋਸਾ ਹੋਵੇ ਲੋਕਾਂ ਨੂੰ ਤੁਹਾਡੇ ਇੱਕ ਬੁਲਾਵੇ ਤੇ ਘਰਾਂ 'ਚੋਂ ਨਿਕਲ ਆਉਣ ਲੋਕ ਹੀ ਸਭ ਤੋਂ ਵੱਡੀ ਸ਼ਕਤੀ ਹੁੰਦੇ ਨੇ ਅਗਵਾਈ ਦੇਣ ਵਾਲੇ ਤਾਂ ਥੋੜੇ ਹੀ ਹੁੰਦੇ ਨੇ ਤੇ ਹੁਣ ਅਜਿਹੇ ਚਾਲਾਂ ਚਲੀਆਂ ਜਾ ਰਹੀਆਂ ਨੇ ਲੋਕਾਂ ਨੂੰ ਇੱਕ ਹੀ ਨਹੀਂ ਹੋਣ ਦਿੱਤਾ ਜਾ ਰਿਹਾ ਤੂੰ ਹਿੰਦੂ ਤੂੰ ਮੁਸਲਮਾਨ ਤੂੰ ਸ਼ੀਆ ਤੂੰ ਸੁੰਨੀ ਤੂੰ ਰਾਜਪੂਤ ਛੋਟੀਆਂ-ਛੋਟੀਆਂ ਜਮਾਤਾਂ ਖੜੀਆਂ ਕਰਤੀਆਂ ਇਹਨਾਂ ਨੇ ਲੜੀ ਜਾਓ ਆਪਸ ਵਿੱਚ ਇਹੀ ਰਾਸ ਹੁੰਦਾ ਇਹਨਾਂ ਨੂੰ ਇਹਨਾਂ ਚਾਲਾਂ ਤੋਂ ਹੀ ਲੋਕਾਂ ਨੂੰ ਜਾਗਰੂਕ ਕਰਨਾ ਸਤਵੰਤ ਹਰਮਨ ਨੇ ਸਾਹ ਲਿਆ ਤੇ ਗਲਾਸ ਚੁੱਕ ਲਿਆ ਫਿਰ ਜਗਦੇਵ ਵੱਲ ਝਾਕ ਕੇ ਕਿਹਾ ਜਗਦੇਵ ਗਲਾਸ ਹੋਰ ਲਿਆ ਇਹਨਾਂ ਦਾ ਮੂਡ ਠੀਕ ਕਰੀਏ ਮੂਡ ਤਾਂ ਪਹਿਲਾਂ ਹੀ ਦਰੁਸਤ ਕਰਕੇ ਤੁਰੇ ਸੀ ਮੈਨੂੰ ਖੁਸ਼ੀ ਹੈ ਤੁਸੀਂ ਲੋਕਾਂ 'ਚ ਚੇਤਨਾ ਜਗਾਉਣ ਦਾ ਬੀੜਾ ਚੁੱਕਿਆ ਸੁਪਨੇ ਤਾਂ ਮੈਂ ਵੀ ਬਥੇਰੇ ਲੈ ਸੀ ਦੋਸਤੋ ਪਰ ਹਾਲਾਤ ਨੇ ਅਜਿਹੇ ਸੰਗਲ ਪਾਏ ਨੇ ਨਾ ਮੈਂ ਆਪਣੇ ਜੋਗਾ ਰਿਆ ਨਾ ਘਰ ਦਾ ਹੀ ਕੁਝ ਸਵਾਰ ਸਕਿਆ ਹੁਣ ਤਾਂ ਸੁਪਨੇ ਲੈਣਾ ਵੀ ਭੁੱਲ ਗਿਆ ਲੈਣਾ ਕੀ ਭੁੱਲ ਗਿਆ ਮਾਰ ਹੀ ਗਏ ਸੁਪਨੇ ਆਪਾਂ ਜਦੋਂ ਪੜਦੇ ਹੁੰਦੇ ਸੀ ਕਦੇ ਆਪਾਂ ਪੂਰੇ ਵਿਸ਼ਵ ਦੀ ਸੈਰ ਕਰਨ ਦੇ ਸੁਪਨੇ ਵੇਖਦੇ ਸੀ ਕਦੇ ਸਿਕੰਦਰ ਵਾਂਗ ਸਾਸਿ ਹੋ ਕੇ ਪੂਰਾ ਸੰਸਾਰ ਜਿੱਤਣ ਦੇ ਦਾਅਵੇ ਕਰਦੇ ਸੀ ਕਦੇ ਭਗਤ ਸਿੰਘ ਹੋਣਾ ਵਾਂਗ ਸਮਾਜ ਬਦਲਣ ਦੀਆਂ ਸੋਹਾਂ ਖੰਡ ਦੇ ਸੀ ਹੋਇਆ ਕੀ ਮੇਰੇ ਵਰਗੇ ਹੁਣ ਹਰ ਵੇਲੇ ਪੇਟ ਦੀ ਭੁੱਖ ਨਾਲ ਲੜਨ ਜੋਗੇ ਰਹਿ ਗਏ ਸੱਤਾ ਜਾਂ ਸਟੇਟ ਨਾਲ ਮੱਥਾ ਲਾਉਣਾ ਤਾਂ ਦੂਰ ਦੀ ਗੱਡੀ ਐ ਸਤੀ ਦੀਆਂ ਸਪਸ਼ਟ ਗੱਲਾਂ ਸੁਣ ਕੇ ਭਗਵੰਤ ਬੋਲਿਆ ਸਮੇ ਦਾ ਸੱਚ ਹੀ ਐ ਮਿੱਤਰੋ ਹਾਲਾਤ ਬਹੁਤ ਖਤਰਨਾਕ ਬਣ ਰਹੇ ਨੇ ਸੈਨਸ਼ੀਲਤਾ ਖਤਮ ਹੁੰਦੀ ਜਾ ਰਹੀ ਹੈ ਕੀ ਖਾਣਾ ਕੀ ਬੋਲਣਾ ਕੀ ਪਹਿਨਣਾ ਉਹ ਤਾਂ ਚਾਹੁੰਦੇ ਨੇ ਅਸੀਂ ਸਾ ਵੀ ਉਹਨਾਂ ਨੂੰ ਪੁੱਛ ਕੇ ਲਈਏ ਦੱਸੋ ਇਹ ਕਿਹੜਾ ਲੋਕਤੰਤਰ ਹੈ ਬੋਲ ਕੇ ਦਿਖਾਓ ਕਿਸੇ ਦੇ ਵਿਰੁੱਧ ਗਲਤ ਨਾ ਸਮਝਿਓ ਮੇਰਾ ਮਤਲਬ ਹੈ ਸੱਤਾਧਾਰੀ ਕਿਸੇ ਨੇਤਾ ਵਿਰੁੱਧ ਫਿਰ ਛੱਟ ਦੇਸ਼த்ਰੋਹੀ ਜਾਂ ਦੇਸ਼ ਦੇ ਗੱਤਾਰ ਦਾ ਫਤਵਾ ਜਾਰੀ ਹੋ ਜਾਣਾ ਹੈ ਦੁੱਖ ਇਸ ਗੱਲ ਦਾ ਹੈ ਅਸੀਂ ਇਹ ਸਾਰਾ ਕੁਝ ਦੇਖ ਰਹੇ ਹਾਂ ਸਹੀ ਵੀ ਜਾ ਰਹੇ ਹਾਂ ਉਦੇ ਬੋਲਾਂ ਚ ਗੁੱਸਾ ਬੇਬਸੀ ਰੋ ਤੇ ਨਿਰਾਸ਼ਾ ਸਭ ਕੁਝ ਰਲਿਆ ਹੋਇਆ ਸੀ ਇਹਨਾਂ ਹਾਲਾਤ ਵਿੱਚੋਂ ਨਿਕਲਣ ਲਈ ਤਾਂ ਆਪਾਂ ਤੁਰੇ ਆ ਜਗਦੇਵ ਬੋਲਿਆ ਗੁੱਸੇ ਨਾਲ ਜਾਂ ਖਿਜੇ ਨਾਲ ਕੁਝ ਨਹੀਂ ਹੋਣਾ ਹੁਣ ਚਿੰਤਾ ਤੇ ਚਿੰਤਨ ਦੀ ਲੋੜ ਹੈ ਹੁਣ ਸਾਡਾ ਮੁਲਕ ਦੋ ਭਾਗਾਂ ਚ ਵੰਡਿਆ ਗਿਆ ਹੈ ਇੱਕ ਆਮ ਆਦਮੀ ਦਾ ਭਾਰਤ ਹੈ ਦੂਜਾ ਲੀਡਰਾਂ ਨੇਤਾਵਾਂ ਉਹਨਾਂ ਦੇ ਗੁਰਗਿਆਂ ਤੇ ਕਰੋੜਾਂ ਦੇ ਬੈਂਕ ਘੁਟਾਲੇ ਕਰਨ ਵਾਲੇ ਲੋਕਾਂ ਦਾ ਭਾਰਤ ਹੈ ਜਿਹੜੇ ਅੱਧੀ ਰਾਤ ਨੂੰ ਸੰਸਦ ਭਵਨ ਦੁਲਨ ਵਾਂਗ ਸਜਾ ਕੇ ਆਜ਼ਾਦੀ ਦੇ ਜਸ਼ਨ ਮਨਾਉਂਦੇ ਐ ਇੱਕ ਪਾਸੇ ਝੁੱਗੀਆਂ 'ਚ ਭੁੱਖੇ ਸੁੱਕੇ ਲੋਕਾਂ ਕੋਲ ਨੇਰੇ ਤੋਂ ਸਵੇਰ ਕੁਛ ਨਹੀਂ ਹੁੰਦਾ ਤੇ ਜਿਹਨੂੰ ਅਸੀਂ ਅੰਨਦਾਤਾ ਕਹਿੰਨੇ ਆ ਉਹ ਹਰ ਰੋਜ਼ ਦੇਸ਼ 'ਚ ਲਗਭਗ 33 ਜਣੇ ਖੁਦਕੁਸ਼ੀਆਂ ਕਰ ਰਹੇ ਐ ਇਹ ਸਰਕਾਰੀ ਅੰਕੜੇ ਐ ਇੱਥੇ ਬੰਦੇ ਦੀ ਕੀਮਤ ਹੈ ਨਹੀਂ ਪਸ਼ੂ ਦੀ ਕੀਮਤ ਹੈਗੀ ਆ ਕੋਈ ਜਨਸੰਗੀ ਹੈ ਕੋਈ ਕਾਂਗਰਸੀ ਹੈ ਕੋਈ ਕੈਬਨਿਸਟ ਹੈ ਕੋਈ ਤੱਕੜੀ ਵਾਲਾ ਕੋਈ ਝਾੜੂ ਵਾਲਾ ਕੋਈ ਸਾਈਕਲ ਵਾਲਾ ਕੋਈ ਲਾਲਟਣ ਵਾਲਾ ਪਤਾ ਨਹੀਂ ਅਸੀਂ ਮੂਰਖ ਅਸੀਂ ਮਨੁੱਖ ਕਦੋਂ ਬਣਾਈ ਇਹ ਸਵਾਰਥੀ ਬੋਲਿਆ ਮੈਨੂੰ ਤਾਂ ਸੰਭਵ ਨਹੀਂ ਲੱਗਦਾ ਆਪਣੇ ਮੁਲਕ 'ਚ ਔਨੁੱਖ ਬਣਦੀ ਹੈ ਤੁਹਾਡੇ ਤੇ ਗੱਦਾਰ ਜਾਂ ਦੇਸ਼த்ਰੋਹੀ ਦਾ ਠੱਪਾ ਲੱਗ ਸਕਦਾ ਹੈ ਪਤਾ ਨਹੀਂ ਮੈਂ ਕਿਸ ਲੇਖਕ ਦਾ ਆਰਟੀਕਲ ਪੜ੍ਹ ਰਹੀ ਸੀ ਮੈਨੂੰ ਯਾਦ ਨਹੀਂ ਆ ਰਿਹਾ ਉਹ ਲਿਖਦਾ ਸਾਡੀ ਭਾਸ਼ਾ ਕਿੰਨੀ ਗਰੀਬ ਹੈ ਸ਼ਬਦਾਂ ਦਾ ਜਿਵੇਂ ਕਾਲ ਹੀ ਪੈ ਗਿਆ ਘਰ 'ਚ ਮਰੇ ਬੰਦੇ ਨੂੰ ਵੀ লাশ ਕਹਿੰਦੇ ਨੇ ਤੇ ਦੰਗਾਕਾਰੀਆਂ ਹੱਥੋਂ ਮਰਿਆ ਮਾਰਿਆ ਜਾਵੇ ਉਹਨੂੰ ਵੀ লাশ ਕਹਿੰਦੇ ਨੇ ਕਿੱਡੀ ਸ਼ਰਮ ਦੀ ਗੱਲ ਹੈ ਕਰੇ ਮਰਨ ਵਾਲੇ ਤੇ ਦੰਗਾਕਾਰੀਆਂ ਵੱਲੋਂ ਮਾਰੇ ਜਾਣ ਵਾਲੇ ਦੋਹਾਂ 'ਚ ਫਰਕ ਕਰਨ ਲਈ ਸਾਡੇ ਕੋਲ ਸ਼ਬਦ ਹੀ ਨਹੀਂ ਹਨ ਹਾਲਾਂਕਿ ਘਰ 'ਚ ਸਿਰਫ ਇੱਕ ਬੰਦੇ ਦੀ ਮੌਤ ਹੁੰਦੀ ਹੈ ਦੰਗਾਕਾਰੀਆਂ ਹਥੋਂ ਇੱਕ ਪਰੰਪਰਾ ਆ ਜਾਂ ਇੱਕ ਸਭਿਅਤਾ ਆ ਜਾਂ ਇੱਕ ਇਤਿਹਾਸ ਦੀ ਮੌਤ ਹੁੰਦੀ ਹੈ ਹੁਣ ਵੀ ਤਾਂ ਐਵੇਂ ਹੀ ਹੋ ਰਿਹਾ ਕਦੇ ਦਿੱਲੀ ਕਦੇ ਗੁਜਰਾਤ ਕਦੇ ਪੰਚਕੁਲਾ ਕਦੇ ਕਿਧਰੇ ਹੋਰ ਅਸੀਂ ਸਿਰਫ ਲਾਸ਼ਾਂ ਗਿਣਦੇ ਹਾਂ ਅੰਕੜੇ ਸਿਮੇਟਦੇ ਹਾਂ ਕਿੰਨੇ ਆਦਮੀ ਮਰੇ ਕਿੰਨੀਆਂ ਦੁਕਾਨਾਂ ਲੁੱਟੀਆਂ ਕਿੰਨੇ ਘਰਾਂ ਨੂੰ ਅੱਗ ਲਾਈ ਕਿੰਨੇ ਜਿਉਂਦੇ ਸਾੜੇ ਸੱਚੀ ਮੈਨੂੰ ਇਸ ਗੱਲੋਂ ਤਾਂ ਤਸੱਲੀ ਹੈ ਅਜੇ ਵੀ ਤੇਰੇ ਵਿਚਾਰਾਂ ਚ ਕਾਲਜ ਵੇਲੇ ਦੀ ਤਪਸ਼ ਬਚੀ ਹੈ ਆਪਾਂ ਇੰਨਾ ਤਾਂ ਸਮਝਦੇ ਆ ਇਹ ਸਾਰਾ ਕੁਝ ਸੱਤਾ ਖੁਦ ਕਰਵਾਉਂਦੀ ਹੈ ਉਹ ਚਾਹੁੰਦੀ ਹੈ ਕਿਸੇ ਨਾ ਕਿਸੇ ਹਿੱਸੇ ਚ ਗੜਬੜ ਹੁੰਦੀ ਰਹੇ ਸਰਕਾਰ ਦੀ ਪ੍ਰਬੰਧ ਦੀ ਸਿਸਟਮ ਦੀ ਲੋੜ ਬਣੀ ਰਹੇ ਪਹਿਲਾਂ ਸੰਕਟ ਪੈਦਾ ਕਰੋ ਉਹਨੂੰ ਵਧਣ ਫੁੱਲਣ ਦਿਓ ਫਿਰ ਉੱਥੇ ਉਹਨਾਂ ਦੀ ਮਦਦ ਕਰਨ ਲਈ ਪੁਲਿਸ ਭੇਜੋ ਫੌਜ ਭੇਜੋ ਲੋਕਾਂ ਨੂੰ ਇਹ ਸੋਚਣ ਦੀ ਵੇਹਲ ਹੀ ਨਾ ਮਿਲੇ ਸਰਕਾਰ ਨੇ ਚੋਣਾ ਵੇਲੇ ਉਹਨਾਂ ਨਾਲ ਕੀ ਕੀ ਵਾਅਦੇ ਕੀਤੇ ਸੀ ਬਿਲਕੁਲ ਸਹੀ ਹੈ ਹਰਮਨ ਤੁਹਾਡੀ ਦੋਸਤੀ ਤੇ ਮੈਂ ਸਦਾ ਮਾਣ ਕੀਤਾ ਹੈ ਮੇਰੇ ਛੀਨ ਭਾਵਨਾ ਮਹਿਸੂਸ ਹੋ ਰਹੀ ਹੈ ਮੈਨੂੰ ਜੇ ਮੇਰੇ ਦੋਸਤ ਆਪਣੀਆਂ عقیدਿਆਂ ਤੋਂ ਡਗਮਗਾਏ ਨਹੀਂ ਤੇ ਸਮਾਜ 'ਚ ਉਹਨਾਂ ਨੇ ਆਪਣੀ ਸਨਮਾਨਯੋਗ ਸਥਿਤੀ ਹਾਸਲ ਕੀਤੀ ਹੈ ਮੈਂ ਸਭ ਕਿਉਂ ਨਹੀਂ ਕਰ ਸਕਿਆ ਹਰਮਨ ਇਸ ਧਰਤੀ ਤੇ 70 80% ਲੋਕ ਅਜੇ ਨਹੀਂ ਜਿਨ੍ਹਾਂ ਨੂੰ ਦੋ ਵੇਲੇ ਦੀ ਰੋਟੀ ਮੁਸ਼ਕਲ ਨਾਲ ਨਸੀਬ ਹੁੰਦੀ ਹੈ ਉਹ ਆਪਣੇ ਬਾਲ ਬੱਚਿਆਂ ਦੀ ਭੁੱਖ ਦਾ ਪ੍ਰਬੰਧ ਕਰਦੇ ਕਰਦੇ ਹੀ ਪੂਰੇ ਹੋ ਜਾਂਦੇ ਨੇ ਇੱਥੇ ਕੁਝ ਬੰਦੇ ਇੰਨੇ ਕਮੀਨੇ ਹੋ ਗਏ ਨੇ ਲਾਲਸਾ ਇੰਨੀ ਵੱਧ ਗਈ ਹੈ ਜਿਉਂਦੇ ਬੰਦਿਆਂ ਨੂੰ ਹੀ ਮਰੇ ਸਾਬਤ ਕਰਕੇ ਜਿਉਂਦੇ ਬੰਦਿਆਂ ਨੂੰ ਹੀ ਮਰੇ ਸਾਬਤ ਕਰਕੇ ਉਹਨਾਂ ਦੇ ਘਰਾਂ ਤੇ ਜ਼ਮੀਨਾਂ ਤੇ ਕਬਜ਼ੇ ਕਰੀ ਜਾਂਦੇ ਨੇ ਮਨੁੱਖ ਚੋਂ ਇਨਸਾਨੀਅਤ ਹੋ ਵੀ ਮਰ ਗਈ ਹੈ ਮਨੁੱਖ ਇੰਨਾ ਲਾਲਚੀ ਤਾਂ ਕਿਸੇ ਯੁੱਗ 'ਚ ਨਹੀਂ ਹੋਇਆ ਹੁਣ ਗੱਲ ਕਰਕੇ ਸਤੀ ਸਬਨਾ ਬਲਚਾ ਕੇ ਲਾਲਚੀ ਵੀ ਤਾਂ ਮਨੁੱਖ ਨੂੰ ਸਾਡੀਆਂ ਹਕੂਮਤਾਂ ਨੇ ਉਹਨਾਂ ਦੀਆਂ ਨੀਤੀਆਂ ਨੇ ਬਣਾਇਆ ਭਗਵੰਤ ਬੋਲਿਆ ਤੇਰੀਆਂ ਗੱਲਾਂ ਸਹੀ ਨੇ ਸਤਵੰਦ ਸਾਡੇ ਨੇਤਾ ਕਦੇ ਹੁੰਦੇ ਸੀ ਉਹ ਲੋਕਾਂ ਬਾਰੇ ਦੇਸ਼ ਬਾਰੇ ਸੋਚਦੇ ਸੀ ਹੁਣ ਨੇ ਤਾਂ ਨਿੱਜ ਤੋਂ ਗਾਂ ਨਹੀਂ ਸੋਚਦਾ ਸਭ ਕੁਝ ਪਰਿਵਾਰਾਂ ਲਈ ਰਿਸ਼ਤੇਦਾਰਾਂ ਲਈ ਸਮਾਜ ਲਈ ਦੇਸ਼ ਲਈ ਸੋਚਣ ਵਾਲੇ ਲੋਕ ਤਾਂ ਦੇਵਾ ਲੈ ਕੇ ਢੂੰਡਣ ਨਿਕਲੋ ਤਾਂ ਨਹੀਂ ਲੱਭਣੇ ਜਗਦੇਵ ਮਾਸਟਰ ਸੁਭਾਵਕੀ ਸਿਰ ਖੁਰਕਣ ਲੱਗ ਪਿਆ ਬੜੀ ਧੀਰ ਤੋਂ ਚੁੱਪ ਬੈਠੇ ਕੋਰੇ ਨੇ ਛੇੜਿਆ ਮਾਸਟਰ ਜੀ ਕਦੇ ਕਦੇ ਨਾ ਲਿਆ ਕਰੋ ਸ਼ਰਾਬੀਆਂ ਦਾ ਹਾਸਾ ਨਿਕਲ ਗਿਆ। ਭਗਵਾਨ ਤੇ ਨੇ ਕਿਹਾ ਜਗਦੇਵ ਖੁਰਕ ਤਾਂ ਨਹੀਂ ਪੁਆਈ ਫਿਰਦਾ। ਫਿਰ ਸਾਰੇ ਹੱਸ ਪਏ। ਸਿਰ ਖੁਰਕਦਾ ਜਗਦੇਵ ਬੋਲਿਆ ਗੱਲ ਸਿਰ ਖੁਰਕਣ ਦੀ ਜਾਂ ਖੁਰਕ ਪਈ ਦੀ ਨਹੀਂ ਹੈ। ਮੈਨੂੰ ਤਾਂ ਲੱਗਦਾ ਆਪਣੇ ਦੇਸ਼ ਦੇ ਸਿਸਟਮ ਨੂੰ ਵਾਤਾਵਰਨ ਨੂੰ ਰਿਸ਼ਤਿਆਂ ਨੂੰ ਹੀ ਖੁਰਕ ਪਈ ਹੋਈ ਹੈ। ਇਹਦਾ ਇਲਾਜ ਕਦੀ ਦਵਾਈ ਨਾਲ ਤਾਂ ਹੋਣਾ ਨਹੀਂ। ਨਾ 2 4 10 ਦਿਨਾਂ ਚ ਹੋਣ ਵਾਲਾ। ਨਾ ਕਿਸੇ ਕੱਲੇ ਦੁਗੱਲੇ ਤੋਂ ਹੋਣਾ ਹੈ। ਹਾਂ ਤਾਈਓ ਅਸੀਂ ਹਰਮਨ ਬੋਲਿਆ। ਕਦੇ ਭਗਤ ਸਿੰਘ ਨੂੰ ਵਾਜਾ ਮਾਰਨ ਲੱਗ ਜਾਂਦੇ ਆ ਕਦੇ ਬਾਬੇ ਨਾਨਕ ਨੂੰ ਹਾਕਾ ਮਾਰਦੇ ਆ ਕਦੇ ਗੁਰਗੋਬਿੰਦ ਸਿੰਘ ਨੂੰ ਸੱਦਦੇ ਆ ਸਾਨੂੰ ਆਪਣੇ ਆਪ ਤੇ ਯਕੀਨ ਧਰਿਆ ਹੀ ਨਹੀਂ ਕਿ ਅਸੀਂ ਵੀ ਕੁਝ ਕਰ ਸਕਦੇ ਆ ਰਾਤ ਕਾਫੀ ਹੋ ਗਈ ਸੀ ਕੋਰੇ ਨੇਹੋਲੀ ਜੀ ਸੱਤੀ ਨੂੰ ਕਿੱਥੇ ਚੱਲੀਏ ਹੁਣ ਚੰਗਾ ਮਿੱਤਰੋ ਹੁਣ ਦਿਓ ਛੁੱਟੀ ਆਖ ਕੇ ਸੱਤੀ ਉੱਠ ਖੜਾ ਕੋਰਾ ਤਾਂ ਪਹਿਲੇ ਖੁਰ ਵੱਡ ਕਰੀ ਜਾਂਦਾ ਸੀ ਆ ਪਤਾ ਯਾਰ ਸੁਤਵੰਤ ਸਿਆਸਤ ਹੀ ਰੜਕੀ ਗਈ ਕਾਲਜ ਵੇਲੇ ਦੀਆਂ ਗੱਲਾਂ ਤਾਂ ਕੀਤੀਆਂ ਹੀ ਨਹੀਂ ਬਹਿ ਜਾ ਯਾਰ ਉਹ ਤੇਰੀ ਸਹਬਾਂ ਦਾ ਕੀ ਹਾਲ ਆ ਮਿਲਦੀ ਹੁੰਦੀ ਐ ਕਦੇ ਕਿ ਨਹੀਂ ਹਰ ਮੰਦੀਆਂ ਅੱਖਾਂ 'ਚ ਸ਼ਰਾਰਤ ਸੀ ਸਹਬਾਂ ਦਾ ਕਦੋਂ ਦੀ ਪਟਰਾਣੀ ਬਣੀ ਬੈਠੀ ਐ ਥੋੜਾ ਯਾਰ ਇੱਕ ਮਾਲ 'ਚ ਦਰਬਾਨੀ ਕਰਦਾ ਕੋਈ ਕੁਝ ਨਹੀਂ ਬੋਲਿਆ ਸੱਤੀ ਵਾਰਿਓ ਆਸੇ-ਪਾਸੇ ਸੁਣਦੇ ਰਹਿੰਦੇ ਸੀ ਜਗਦੇਵਤਾ ਜਾਣਦਾ ਹੀ ਸੀ ਦੋਵੇਂ ਜਣੇ ਉਹਨਾਂ ਨੂੰ ਸੱਸੀ ਕੱਲ ਬੁਲਾ ਕੇ ਘਰੋਂ ਬਾਹਰ ਆ ਗਏ ਬਾਹਰ ਪੂਰੇ ਚੰਦ ਦੀ ਰਾਤ ਸੀ ਹਵਾ 'ਚ ਪੂਰੀ ਠੰਡ ਸੀ ਕੋਰੇ ਨਿੰਗੋਲੀ ਗਲੀ ਛਾ ਕੇ ਬਾਹਾਂ ਫਲਾਈਆਂ ਵਾ ਅੰਦਰ ਤਾਂ ਦਮ ਘੁੱਟਦਾ ਸੀ ਸੱਤੀ ਉੰਦਵੀ ਬਹੁਤ ਹੀ ਸਮਝਦਾਰਾਂ ਚ ਮੈਨੂੰ ਘਬਰਾਟ ਹੋਣ ਲੱਗਦੀ ਆ ਉਪਰ ਅਸਮਾਨ ਵੱਲ ਝਾਕਿਆ ਸ਼ਰਾਬ ਵੀ ਕੀ ਚੀਜ਼ ਐ ਸੱਤੀ ਆ ਗਲੀਆਂ ਘਰ ਕੰਦਾਂ ਦਿਨੇ ਕਿਤੇ ਆਪਾਂ ਨੂੰ ਇੰਨੇ ਸੋਹਣੇ ਲੱਗੇ ਜਿਵੇਂ ਸਾਰਾ ਕੁਝ ਹਵਾ ਚ ਤੈਰ ਰਿਆ ਹੋਵੇ ਮੈਨੂੰ ਤਾਂ ਧਰਤੀ ਵੀ ਇੱਥੋਂ ਘੁੰਮੀ ਜਾਂਦੀ ਦਿਸਦੀ ਆ ਸਾਰਾ ਪਿੰਡ ਹੀ ਬਦਲਿਆ ਬਦਲਿਆ ਲੱਗਦਾ ਤੈਨੂੰ दारू ਚੜ ਗਈ ਲੱਗਦੀ ਐ ਘਰ ਪਹੁੰਚੇਂਗਾ ਕਿ ਛੱਡ ਕੇ ਆਵਾਂ ਸੱਤੀ ਦੀ ਗੱਲ ਸੁਣ ਕੇ ਕੌੜਾ ਖਿੜਖੜਾ ਕੇ ਹੱਸਿਆ ਅੱਜ ਤਾਂ ਮਿਰਜ਼ਾ ਗਾਉਣ ਨੂੰ ਜੀ ਕਰਦਾ ਗਲੀਆਂ ਹੋ ਜਾਣ ਸੁੰਨੀਆਂ ਵਿੱਚ ਮਿਰਜ਼ਾ ਯਾਰ ਫਿਰੇ ਵਾਲਾ ਗਾਵਾ ਫਿਰ ਬੋਲਿਆ ਸ਼ਰਾਬ ਹੋਵੇ ਰਹਿਣ ਦੀ ਛੋਟੀ ਜੀ ਛੱਤ ਹੋਵੇ ਛਾਬੇ 'ਚ ਰੋਟੀਆਂ ਹੋਣ ਸੌਣ ਵਾਲੇ ਵੇਲੇ ਪਦਮਾ ਮੰਝੇ ਤੇ ਉਡੀਕਦੀ ਹੋਵੇ ਹੋਰ ਕੀ ਚਾਹੀਦਾ ਹੈ ਬੰਦੇ ਨੂੰ ਕਰਨ ਜੋਗਾ ਕੰਮ ਹੋਵੇ ਮਹਿਲ ਕੁੱਟੀਆਂ ਘਰੋਂ ਸਭ ਸਾਲੇ ਇਹਨਾਂ ਲਈ ਦੌੜ ਦੇ ਮਰ ਜਾਂਦੇ ਐ ਉਹਨਾਂ ਨੂੰ ਪਤਾ ਹੀ ਨਹੀਂ ਜ਼ਿੰਦਗੀ ਕਿਵੇਂ ਮਾਣੀ ਦੀ ਹੈ ਕੌਣ ਸਾਲਾ ਟਾਟਾ ਬਿਰਲਾ ਅੰਡਾ ਨੀਮਬਾਨੀ ਉਨੇ ਲਲਕਾਰਾ ਮਾਰ ਕੇ ਵਾਹ ਫੁਲਾਈਆਂ ਸਤੀ ਅਜ ਤੂੰ ਬਹੁਤ ਵੱਡੀ ਗਲਤੀ ਕੀਤੀ ਹੈ ਮੂਰਖਾ ਮਨੁੱਖ ਜੂਨੀ ਇੱਕ ਵਾਰ ਮਿਲਦੀ ਹੈ ਇਹ ਰੋਣ ਕੋ ਲਾਉਣ ਲਈ ਨਹੀਂ ਹੁੰਦੀ ਫਿਰ ਕੋਈ ਜੂਨ ਹੁੰਦੀ ਹੈ ਕਿ ਨਹੀਂ ਕਿਹਨੇ ਵੇਖੀ ਆ ਡੇਰਿਆਂ ਵਾਲੇ ਬਾਬੇ ਸ਼ਾਬੇ ਸਭ ਝੂਠ ਬੋਲੀ ਜਾਂਦੇ ਨੇ ਜੋ ਮੌਜਾਂ ਕਰਨੀਆਂ ਐਸੀ ਜੂਨਚੀ ਕਰਨੀ ਹੈ ਤੇਰੇ ਮੂਰੇ ਅੱਜ ਸਾਰਾ ਕੁਝ ਪ੍ਰੋਸਤਾ ਸੀ ਉਹਨੇ ਤੂੰ ਲੱਤ ਮਾਰ ਕੇ ਸਭ ਰੋੜ ਆਇਆ ਲਾਹਣ ਤਾ ਤੇਰੇ ਤੇ ਜੇ ਮੈਂ ਹੁੰਦਾ ਜੇ ਮੈਂ ਕਰਿਆ ਲੋਕੀ ਸੁਣਦੇ ਆਪਾਂ ਨੂੰ ਸੱਤੀ ਨੂੰ ਸ਼ਰਮ ਆਈ ਉਹਨਾਂ ਦੀਆਂ ਗੱਲਾਂ ਸੁਣ ਕੇ ਕੁਝ ਲੋਕ ਘਰਾਂ ਦੇ ਲੋਕ ਬਾਹਰ ਗਲੀ 'ਚ ਆ ਗਏ ਲੋਕਾਂ ਦੀ ਮਾਂ ਸੱਤੀ ਨੇ ਕਾਲੀ ਨਾਲ ਉਹਦੇ ਮੂੰਹ ਅੱਗੇ ਹੱਥ ਰੱਖਿਆ ਜਦੋਂ ਕੋਰੇ ਦੇ ਘਰ ਕੋਲ ਆਇਆ ਤਾਂ ਗੱਲਾਂ ਸੁਣ ਕੇ ਪਦਮਾ ਨੇ ਬੂਹਾ ਖੋਲਤਾ ਜਿਵੇਂ ਉਹ ਬੂਹੇ ਦੇ ਕੋਲ ਖੜੀ ਬੜਕ ਲੈਂਦੀ ਹੋਵੇ ਜਦੋਂ ਸੱਤੀ ਨੇ ਅੰਦਰ ਅੰਦਰੋਂ ਸਾਈਕਲ ਚੁੱਕਿਆ ਪਦਮਾ ਬੋਲੀ ਕੋਰਾ ਸਿੰਘ ਕੋਈ ਆਇਆ ਸੀਗਾ ਗਾਲੀ ਦਿੰਦਾ ਸੀਗਾ ਕੈਲਾ ਕੈਲਾ ਬੋਲਦਾ ਸੀਗਾ ਇਸ ਕੋ ਵੀ ਗਾਲੀ ਦਿੰਦਾ ਸੀਗਾ ਸੱਤੀ ਸੱਤੀ ਕਰਕੇ ਉਜਵਾਲੇ ਕਾ ਕੈਲਾ ਹੋਣਾ ਹੈ ਨਸ਼ੇੜੀ ਸਤੀ ਨੇ ਲਖਣ ਲਾਇਆ ਮੈਂ ਤਾਂ ਖਲਾਰੇ ਪਵਾ ਦੂੰ ਏ ਗਾਲ ਕੱਢ ਕੇ ਕੋਰਾ ਦਿਹਾੜਿਆ ਕੋਰੇ ਦਾ ਰੂਪ ਵੇਖ ਕੇ ਪਦਮਨ ਸਹਿਮ ਗਈ ਆਪਾਂ ਸਵੇਰੇ ਕਰਾਂਗੇ ਗੱਲ ਬੈਜੋ ਕੋਣ ਕੋਰੇ ਅੰਦਰ ਚੱਲ ਸਤੀ ਨੇ ਥੋੜਾ ਸਖਤ ਹੁੰਨੇ ਆ ਗਿਆ ਫਿਰ ਪਦਮਨ ਉਹਾ ਬੰਦ ਕਰਨ ਲਈ ਆਖ ਕੇ ਆਪਣੇ ਘਰ ਵੱਲੋਂ ਤੁਰ ਪਿਆ ਸ਼ਰਾਬੀ ਹੋਣ ਦੇ ਬਾਵਜੂਦ ਉਹ ਚਿੰਤਾ 'ਚ ਸੀ ਜੇ ਕੈਲਾ ਹੋਇਆ ਤਾਂ ਲੱਗਦਾ ਜਵਾਲੇ ਕੇ ਫੇਰ ਕੋਈ ਪੰਗਾ ਲੈਣਗੇ ਜਲਦੀ ਜਮਾਨਤ ਤਾਂ ਨਹੀਂ ਹੋਗੀ ਕਿਤੇ ਇਹਨਾਂ ਫਿਕਰਾਂ ਨਾਲ ਹੀ ਉਹਨੇ ਆਪਣੇ ਘਰ ਦਾ ਬੂਹਾ ਜਾ ਖੜਕਾਇਆ ਧੰਨਵਾਦ ਚਲਦਾ